ਗੁਰ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਆਪ ਆਤਮਾਤਮਪੂਰਨ ਵਿਸ਼ਾ ਗੁਰਮਤਿ ਨਾਮ ਸਿਮਰਨ ਦੀ ਵਿਚਾਰ ਕਰ ਰਹੇ ਹਾਂ ਜਿਹਦੇ ਵਿੱਚ ਕੱਲ ਤੋਂ ਅਸੀਂ ਸਤਿਗੁਰੂ ਕੋਲ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਮੋਲਕ ਨਾਮ ਧਨ ਸਤਿਗੁਰੂ ਕੋਲ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ਕਿਉਂਕਿ ਸਤਿਗੁਰਾਂ ਨੇ ਸਾਨੂੰ ਸਮਝਾ ਦਿੱਤਾ ਕਿ ਨਾਮ ਧਨ ਕੇਵਲ ਤੇ ਕੇਵਲ ਗੁਰੂ ਕੋਲੋਂ ਮਿਲਦਾ ਹੈ ਸਿੰਗਲ ਸੋਰਸ ਹੈ ਗੁਰੂ ਕੋਲੋਂ ਹੀ ਸਿਰਫ ਮਿਲਦਾ ਹੈ। ਔਰ ਪਛੈਸੇ ਵੀ ਸਮਝ ਆਇਆ ਕਿ ਨਾਮ ਸਿਮਰਨ ਕਰਨਾ ਨਾਮ ਤੇ ਹੋਣਾ ਕੀ ਹੈ। ਪਰਮਾਤਮਾ ਨੂੰ ਹਿਰਦੇ 'ਚ ਵਸਾਉਣਾ ਪਰਮਾਤਮਾ ਦੀ ਯਾਦ ਨੂੰ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾਉਣਾ ਇਹ ਹੈ ਨਾਮ ਸਿਮਰਨ। ਆਈ ਦੇ ਤਿੰਨ ਹੀ ਪਰਮਾਨੰ ਗੁਰ ਅਮਰਦਾਸ ਪਾਛਾ ਦੇ ਉਚਾਰਣ ਕੀਤੇ ਹੋਏ ਨੇ ਪਹਿਲੇ ਪ੍ਰਮਾਨਚ ਤੀਜੇ ਨਾਲਕ ਬਖਸ਼ਿਸ਼ ਕਰਦੇ ਸਮਝਾਦੇ ਨੇ ਜਿੰਨੀ ਅੰਦਰ ਪਾਲਿਆ ਗੁਰ ਸ਼ਬਦ ਸੁਹਾਵੈ ਜੋ ਇੱਛਨ ਸੋ ਪਾਇੰਦੇ ਹਰ ਨਾਮ ਤੇ ਆਵੈ ਜਿੰਨੀ ਅੰਦਰ ਪਾਲਿਆ ਆਪਣੇ ਅੰਦਰ ਖੋਜ ਕੀਤੀ ਜਿਸ ਨੇ ਖੋਜ ਕਿਵੇਂ ਕੀਤੀ ਗੁਰ ਸ਼ਬਦ ਸੁਹਾਵੈ ਗੁਰੂ ਦੇ ਸੋਨੇ ਸ਼ਬਦ ਦੀ ਰਾਈ ਹੁਣ ਸਾਡੇ ਅੰਦਰ ਤੇ ਚੰਗੇ ਤੇ ਮਾੜੇ ਵਿਚਾਰਾਂ ਦਾ ਸੰਗ੍ਰਹਿ ਹੈ ਸਾਡੇ ਅੰਦਰ ਵਿਕਾਰ ਵੀ ਨੇ ਤੇ ਗੁਰਮਤ ਅਨੁਸਾਰੀ ਚੰਗੇ ਸੋਚ ਵੀ ਹੈ ਬਸ ਆਪਣੇ ਅੰਦਰ ਖੋਜ ਕਰਨੀ ਹੈ ਗੁਰੂ ਦੇ ਸ਼ਬਦ ਰਾਈ ਗੁਰੂ ਦੀ ਸ਼ਬਦ ਦੀ ਕਸਵੱਟੀ ਦੇ ਉੱਤੇ ਪਰਖ ਕੇ ਗੁਰੂ ਦੇ ਦਿੱਤੇ ਲੋਕਿਕ ਗਿਆਨ ਦੀ ਕਸਵੱਟੀ ਤੇ ਪਰਖ ਕੇ ਆਪਣੇ ਅੰਦਰ ਖੋਜ ਕਰਨੀ ਹੈ ਜਿਹੜੇ ਸ਼ੁਭ ਗੁਣ ਨੇ ਜਿਹੜੇ ਗੁਰਮਤ ਅਨਸਾਰੀ ਵਿਚਾਰ ਨੇ ਉਹਨਾਂ ਦੀ ਸੰਭਾਲ ਕਰਨੀ ਤੇ ਜਿਹੜੇ ਵਿਕਾਰ ਨੇ ਵਿਕਾਰੀ ਸੋਚ ਹੈ ਜਿਹੜੀ ਉਹਨੂੰ ਜੀਵਨ ਚੋਂ ਬਾਹਰ ਕੱਢਣਾ ਇਹ ਹੈ ਅੰਦਰ ਪਾੜਨਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਹੈ ਅੰਦਰ ਪਾੜਨਾ ਔਰ ਸਤਿਗੁਰੂ ਨੇ ਜੋ ਇੱਛਾ ਸੁਪਾਈ ਦੇ ਹਰ ਨਾਮ ਤੇ ਆਵੇ ਉਹ ਜੋ ਇੱਛਾ ਕਰਦੇ ਨੇ ਸੋਈ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਅਸਲ ਦੇ ਵਿੱਚ ਉਹ ਹੀ ਪਰਮਾਤਮਾ ਦਾ ਨਾਮ ਧਿਆਰੇ ਨੇ ਜਿਹੜੇ ਆਪਣੇ ਅੰਦਰ ਖੋਜ ਕਰ ਰਹੇ ਨੇ ਆਪਣੇ ਅੰਦਰ ਬੈਠੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਜਿਨ੍ਹਾਂ ਨੂੰ ਇਹ ਸਮਝ ਲੱਗੀ ਕਿ ਮੈਂ ਕੂੜ ਦੀ ਪਾਲ ਟਾਉਣੀ ਹੈ ਕਿ ਸੁਚਾਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ ਅੰਦਰ ਬੈਠਾ ਅਕਾਲ ਪੁਰਖ ਉਹੀ ਸੋ ਉਹਦੇ ਨਾਲ ਹੀ ਸਾਡੀ ਸਾਂਝ ਨਹੀਂ ਬਣ ਰਹੀ ਇਹ ਕੋੜ ਦੀ ਦੀਵਾਰ ਉਹਦੇ ਮੇਰੇ ਦੇ ਵਿਚਕਾਰ ਖੜੀ ਏ ਉਹ ਕੋੜ ਦੀ ਦੀਵਾਰ ਮੈਂ ਢਾਦਿਆ ਜਿਹਨੇ ਇਹ ਗੱਲ ਨੂੰ ਸਮਝ ਲਿਆ ਉਹੀ ਪਰਮਾਤਮਾ ਦਾ ਨਾਮ ਸਿਮਰਨ ਕਰ ਰਿਹਾ ਜੋ ਇਛਣ ਸੋ ਪਾਇਦੇ ਹਰ ਨਾਮ ਤੇ ਆਵੇ ਉਹ ਅਸਲ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਕਰ ਰਿਹਾ ਆਇਦੇ ਦੂਸਰ ਪ੍ਰਮਾਨ ਚ ਗੁਰ ਗੁਰਮਰਦਾਸ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਗੁਰਬਾਣੀ ਸੁਣ ਮੈਲ ਗਵਾਏ ਸਜੇ ਹਰ ਨਾਮ ਮਨ ਵਸਾਏ ਗੁਰਬਾਣੀ ਸੁਣ ਕੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੀ ਵਿਚਾਰ ਕਰਕੇ ਜਿਸ ਵਿਅਕਤੀ ਨੇ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਖਤਮ ਕਰ ਲਈ ਗੁਰਬਾਣੀ ਸੁਣ ਗੁਰਬਾਣੀ ਸੁਣ ਕੇ ਮੈਲ ਗੁਆਈ ਵਿਕਾਰਾਂ ਦੀ ਮੈਲ ਧੋ ਦਿੱਤੀ ਖਤਮ ਕਰ ਲਈ ਵਿਕਾਰਾਂ ਨੂੰ ਬਾਹਰ ਕੱਢ ਸੁੱਟਿਆ ਹੁਣ ਅਸੀਂ ਇੱਕ ਲਫ਼ਜ਼ ਆਉਂ ਸੁਣਿਆ ਹੋਣਾ ਨਾਮ ਸਿਮਰਨਾ ਬਹੁਤ ਔਖਾ ਜੀ ਬੜਾ ਕਠਿਨ ਕੰਮ ਹੈ ਇਹ ਸਤਿਗੁਰੂ ਕੀ ਬਖਸ਼ਿਸ਼ ਕਰ ਰਹੇ ਨੇ ਆਪਾਂ ਸਤਿਗੁਰੂ ਕੋਲ ਸਮਝੀਏ ਜੀ ਵੀ ਕਿੰਨਾ ਔਖਾ ਕੰਮ ਹੈ ਸਤਿਗੁਰ ਕਹਿੰਦੇ ਨੇ ਸਹਿਜੇ ਹਰਨਾਮ ਮਨ ਵਸਾਏ ਜਿੰਨੇ ਆਪਣੇ ਜੀਵਨ ਦੇ ਵਿੱਚੋਂ ਵਿਕਾਰਾਂ ਦੀ ਮਹਿਲ ਤੋ ਦਿੱਤੀ ਕਿਵੇਂ ਤੋ ਦਿੱਤੀ ਗੁਰਬਾਣੀ ਦਾ ਗਿਆਨ ਲੈ ਕੇ ਗੁਰਮਿਆਣੀ ਤੋਂ ਸੋਹਣੀ ਸੋਚ ਲੈ ਕੇ ਸੋਹਣੀ ਸੂਝ ਲੈ ਕੇ ਆਪਣੇ ਵਿਕਾਰਾਂ ਦੀ ਮਹਿਲ ਤੋ ਦਿੱਤੀ ਸਹਿਜੇ ਹਰਨਾਮ ਮਨ ਵਸਾਏ ਉਹਦੇ ਹਿਰਦੇ ਚ ਪਰਮਾਤਮਾ ਦਾ ਨਾਮ ਸਹਿਜੇ ਹੀ ਵਸ ਜਾਂਦਾ ਹੈ ਤੇ ਇਸੇ ਹੀ ਮਕਸਦ ਨਾਲ ਸਿਮਰਨ ਕਰਨ ਦਾ ਕਿ ਸਾਡੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਏ ਆਇਦੇ ਤੀ ਸਵੇ ਪ੍ਰਮਾਨ ਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਗੁਰ ਤੇ ਗਿਆਨ ਪਾਇਆ ਅਤ ਖੜਕ ਕਰਾਰਾ ਦੂਜਾ ਪਰਮਗੜ ਕਟਿਆ ਮੋਹ ਲੋਭ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਗੁਰਤੇ ਗਿਆਨ ਪਾਇਆ ਗੁਰ ਤੋਂ ਗਿਆਨ ਪ੍ਰਾਪਤ ਕੀਤਾ ਅਤਖੜਕ ਕਰਾਰਾ ਜਿਹੜਾ ਕਿ ਇੱਕ ਬਹੁਤ ਤਾਕਤਵਰ ਸ਼ਸਤਰ ਹੈ ਬਹੁਤ ਪ੍ਰਭਾਵਸ਼ਾਲੀ ਸ਼ਸਤਰ ਹੈ ਗੁਰੂ ਦਾ ਗਿਆਨ ਸਭ ਤੋਂ ਵੱਡਾ ਸ਼ਸਤਰ ਹੈ ਸਾਡੇ ਕੋਲ ਅਤਖੜਕ ਕਰਾਰਾ ਹੁਣ ਇਹਦੇ ਨਾਲ ਮਾਰਨਾ ਕਿੰਨੂੰ ਐਸ ਸ਼ਸਤਰ ਨਾਲ ਦੂਜਾ ਪਰਮਗੜ ਕਟਿਆ ਮੋਹ ਲੋਭ ਅਹੰਕਾਰ ਇੱਕ ਤੇ ਸੋਇ ਕਾ ਕਾਲਪੁਰਪ ਦੇ ਹੋਰ ਕਿਸੇ ਇਤਿਆਸ ਰੱਖਣੀ ਹੋਰ ਕਿਸੇ ਨੂੰ ਉਹਦੇ ਬਰਾਬਰ ਸਮਝਣਾ ਜਾਂ ਹੋਰ ਕਿਸੇ ਨੂੰ ਦਾਤਾ ਸਮਝਣਾ ਹੋਰ ਕਿਸੇ ਨੂੰ ਸ਼ਕਤੀਸ਼ਾਲੀ ਸਮਝਣਾ ਹੋਰ ਕਿਸੇ ਨੂੰ ਸਮਰੱਥ ਸਮਝਣਾ ਮਨ ਦੇ ਵਿੱਚ ਐਸਾ ਖਿਆਲ ਵੀ ਆਣਾ ਕਿ ਉਸ ਕਾਲਪੁਰ ਤੋਂ ਸਵਾ ਵੀ ਮੇਰਾ ਕੋ ਆਸਰਾ ਹੋ ਸਕਦਾ ਹੈ ਦੂਜਾ ਭ੍ਰਮਗੜ ਗੁਰੂ ਦੀ ਦਿੱਤੀ ਇਸ ਗਿਆਨ ਖੜਕ ਦੇ ਨਾਲ ਦੂਜਾ ਭਰਮਾਂ ਦਾ ਗੜ ਜਿਹੜਾ ਹੈ ਉਹ ਤੋੜ ਦਿੱਤਾ ਅੰਦਰੋਂ ਉਹ ਲੋਭ ਤੇ ਅਹੰਕਾਰ ਜਿਹੜੇ ਵਿਕਾਰ ਨੇ ਉਹਨਾਂ ਦਾ ਨਾਸ ਕਰ ਦਿੱਤਾ ਇਸ ਸ਼ਸਤਰ ਨੂੰ ਵਰਤ ਕੇ ਉਹਨਾਂ ਨੂੰ ਮਾਰ ਦਿੱਤਾ ਖਤਮ ਕਰ ਦਿੱਤਾ ਨਾਸ ਕਰ ਦਿੱਤਾ ਉਹਨਾਂ ਦਾ ਜਿਸ ਲਈ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਜਿਹੜਾ ਕਿ ਅਤ ਤਾਕਤਵਰ ਸ਼ਸਤਰ ਹੈ ਅਤ ਪ੍ਰਭਾਵਸ਼ਾਲੀ ਸ਼ਸਤਰ ਹੈ ਅਸੀਂ ਆਪਣੇ ਜੀਵਨ ਦੇ ਵਿੱਚੋਂ ਵਿਕਾਰਾਂ ਦਾ ਨਾਸ ਕਰ ਦਿੱਤਾ ਤੇ ਆਕਾਰਪੁਰ ਤੋਂ ਸਵਾ ਹੋਰ ਮਾਇਆ ਦਾ ਪ੍ਰਭਾਵ ਜਿਹੜਾ ਉਹ ਪਰਮ ਛੱਡ ਦਿੱਤਾ ਫਿਰ ਕੀ ਹੋਇਆ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਜਿਵੇਂ ਜਿਵੇਂ ਗੁਰੂ ਦੇ ਸ਼ਬਦ ਦੀ ਵਿਚਾਰ ਕਰੀ ਗਏ ਇੱਕ ਗਿਆਨ ਖੜਕ ਪ੍ਰਾਪਤ ਕਰੀ ਗਏ ਹਰ ਕਾ ਨਾਮ ਮਨ ਵਸਿਆ ਉਸ ਪ੍ਰਮਾਤਮਾ ਦਾ ਨਾਮ ਸਾਡੇ ਹਿਰਦੇ ਵਿੱਚ ਵਸ ਗਿਆ ਇਹ ਤ੍ਰਿਕਾ ਪਰਮਾਤਮਾ ਦੇ ਨਾਮ ਤੇ ਦਿੱਤੇ ਵਸਾਉਂਦਾ ਅਸੀਂ ਸਾਰੇ ਚਾਤੀ ਮਾਰ ਕੇ ਵੇਖ ਲਈਏ ਸਾਰੀ ਕੁਰਬਾਨੀ ਦੇ ਵਿੱਚ ਕਿੱਥੇ ਸੀਮਤ ਪਰਮਾਣੇ ਸ਼ੇਅਰ ਕੀਤੇ ਜਾ ਸਕਦੇ ਨੇ ਜਾਂ ਸੰਝੇ ਕੀਤੇ ਜਾ ਸਕਦੇ ਨੇ ਸਾਰੀ ਕੁਰਬਾਨੀ ਦੇ ਵਿੱਚ ਕਿਤੇ ਵੀ ਸਾਨੂੰ ਐਸਾ ਨਹੀਂ ਮਿਲੇਗਾ ਕਿ ਕਿਸੇ ਕੋ ਲਫਜ਼ ਦੇ ਰਟਣ ਦੇ ਨਾਲ ਪਰਮਾਤਮਾ ਮਨਚ ਵਸੇਗਾ ਜਾਂ ਉਹਦਾ ਨਾਮ ਮਨਚ ਵਸੇਗਾ ਕੁਰਬਾਨੀ ਦੀ ਵਿਚਾਰ ਹੈ ਗੁਰਬਾਣੀ ਵਰਤੀ ਜਾਗੰਤਰ ਇਸ ਬਾਣੀ ਤੇ ਹਰ ਨਾਮ ਪਾਇੰਦਾ ਵਿਸ਼ਾ ਬੜਾ ਗੰਭੀਰ ਹੈ ਔਰ ਗੰਭੀਰ ਵਿਚਾਰੀ ਮੰਗਦਾ ਹੈ ਆਪਾਂ ਇਸ ਵਿਚਾਰ ਨੂੰ ਵਿਚਾਰੀ ਰੱਖਾਂਗੇ ਅੱਜ ਇਤਨੇ ਕਿ ਬਚਨ ਪ੍ਰਵਾਨ ਕਰਨਾ ਹੋਈਆਂ ਪੁਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ